वो बाहर आके तलखी कादी एक दूजे नूं मिहणे मारे गए। वो जिहड़ा साइकिल जिहा खिंची फिरदा सी इधरों कनेडा चों गया हवेली, देव मान विधायक बनिया, ਤੇ ਉਹ ਅੱਜ ਕਿਤੇ ਗੱਡੀ ਤੇ ਚੜ ਕੇ ਆਇਆ। ਰਾਜਾ ਵੜਿੰਗ ਉਹਨੂੰ ਖਿੱਚੀ ਫਿਰਦਾ ਸੀ, ਕਹਿੰਦਾ ਤੂੰ ਅੱਜ ਗੱਡੀ ਤੇ ਚੜ ਆਇਆ, ਲੋਕਾਂ ਨੇ ਤਾਂ ਵੋਟਾਂ ਪਾਈਆਂ, ਤੂੰ ਸਾਈਕਲ ਵਾਲਾ। ਉਹ ਕਹਿੰਦਾ ਮੈਂ ਸੁੱਕਿਆ, ਮੈਂ ਵੀ ਕਦੇ ਕਦੇ ਗੱਡੀ ਤੇ ਆ ਸਕਦਾ। ਲੈ ਦੱਸ, ਕਹਿੰਦਾ ਕਮਾਲ ਹੋ ਗਈ, ਕਹਿੰਦਾ ਤੂੰ ਇੱਕ ਦਿਨ ਸਾਈਕਲ ਤੇ ਆ ਕੇ ਦਿਖਾ ਦੇ। ਸੋ ਆਹੋ ਜਿਹੜੇ ਤੁਹਾਨੂੰ ਪਤਾ ਹੀ ਇਹਨਾਂ ਦੇ ਕੰਮ ਹੈਗੇ ਨੇ, ਇਸ ਤਰ੍ਹਾਂ ਇੱਕ ਦੂਜੇ ਨੂੰ ਮਿਹਣੇ ਮਾਰਦੇ ਆ। ਖੈਰ ਦੇਵ ਮਾਨ ਨੇ ਵੀ ਸਾਈਕਲ ਖੁੱਡੇ ਲਾ ਤਾ, ਖੁੱਡੇ ਲਾਉਣਾ ਹੀ ਆ, ਤੁਹਾਨੂੰ ਪਤਾ ਹੀ ਆ। ਜਦੋਂ ਇਹ ਚਮ ਚਮਾਉਂਦੀ ਕਾਰ ਫਾਰਚੂਨਰ ਵੇਖੀ, ਉੱਤੇ ਝੰਡੀ ਚੱਲੇਗੀ ਕਾਰ ਵਿੱਚ ਬਾਜ਼ਾਰ, ਜਿਵੇਂ ਲਾਟਰੀ ਵਾਲੇ ਨੀ ਕਹਿੰਦੇ ਹੁੰਦੇ, ਉਸੇ ਤਰ੍ਹਾਂ ਜਦੋਂ ਉਹਨੂੰ ਪਤਾ ਲੱਗਿਆ ਚੱਲੇਗੀ ਕਾਰ ਵਿੱਚ ਬਾਜ਼ਾਰ ਬੈਠੇ ਹੋਣਗੇ ਯਾਰ। ਸੋ ਉਹਨੇ ਵੀ ਫਿਰ ਆਖਿਆ ਕਿ ਦੇਵ ਮਾਨ ਵੀ ਹੈ ਤਿਆਰ, ਉਹਨੇ ਵੀ ਗੱਡੀ ਲੈ ਲਈ ਹੈ। ਖੈਰ ਗੱਡੀਆਂ ਦੇ ਵਿੱਚ ਗੱਡੀਆਂ ਹੁਣ ਪਤਾ ਨੀ ਮੱਜਦੀਆਂ ਕਿ ਨਹੀਂ ਮੱਜਦੀਆਂ, ਪਰ ਇਹ MLA ਜਿਹੜੇ ਆ ਉਹ ਇੱਕ ਦੂਜੇ ਦੇ ਵਿੱਚ ਜ਼ਰੂਰ ਮੱਜੇ ਨੇ। ਖੈਰ ਵੱਡਾ ਐਲਾਨ ਜਿਹੜਾ ਉਹ ਇਹਨਾਂ ਨੇ ਇਹੀ ਕੀਤਾ ਕਿ ਕਾਰਵਾਈ ਜਿਹੜੀ ਹੋਏਗੀ ਸਦਨ ਦੀ ਉਹ ਲਾਈਵ ਕੀਤੀ ਜਾਏਗੀ। ਮੈਂ ਸਾਕ ਦੇ ਵਿੱਚ ਆ, ਅਦਾਲਤ ਦੇ ਸਰਾਂਗੇ ਵੀ। ਇੱਕ ਤੇ ਮੇਰੀ ਤੇ ਸ਼ੁਰੂ ਤੋਂ ਹੀ ਡਿਮਾਂਡ ਸੀਗੀ ਕਿ ਘੱਟੋ ਘੱਟ ਸਿਟਿੰਗਸ ਜਿਹੜੀਆਂ ਨੇ ਉਹ 80 ਤੋਂ 100 ਕੀਤੀਆਂ ਜਾਣੀਆਂ ਚਾਹੀਦੀਆਂ, ਤੇ ਇਹਨਾਂ ਦੇ ਵਿੱਚੋਂ ਇੱਕ ਹੀ ਅੱਜ ਬੋਲਿਆ ਮੇਰੇ ਖਿਆਲ ਦੇ ਨਾਲ ਪ੍ਰਤਾਪ ਸਿੰਘ ਬਾਜਵਾ, ਉਹਨੇ ਜ਼ਰੂਰ ਆਖਿਆ, ਉਹਨੇ ਆਖਿਆ ਕਿ ਘੱਟੋ ਘੱਟ 100 ਬੈਠਕ ਲਾਜ਼ਮੀ ਕਰੋ ਇੱਕ ਸਾਲ ਦੀ। ਹੁਣ ਇਹ ਕਰਦੇ ਆ ਜਾਂ ਨਹੀਂ ਕਰਦੇ, ਪਰ ਇਹ ਇਹਨਾਂ ਨੇ ਜ਼ਰੂਰ ਅੱਜ ਐਲਾਨ ਕਰ ਦਿੱਤਾ ਹੈ। CM ਸਾਹਿਬ ਨੇ ਉਹਨਾਂ ਨੇ ਆਖਿਆ ਕਿ ਭਾਈ ਅਸੀਂ ਇਹ ਜਿਹੜੀ ਕਾਰਵਾਈ ਹੈ ਲਾਈਵ ਕਰਾਂਗੇ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਗੱਲ ਜੀ। ਜੀ ਜੀ, ਅਗਲੀ ਗੱਲ ਕਰੀਏ ਕੁੰਵਰ। ਵਿਜੇ ਪ੍ਰਤਾਪ ਨੇ ਚੈਨਲ ਤੇ ਕਾਰਵਾਈ ਲਈ ਵਿਧਾਨ ਸਭਾ ਨੂੰ ਲਿਖਿਆ। ਦੇਖੋ ਗੱਲ ਕੀ ਹੈ ਕਿ ਜਦੋਂ ਕੱਲ ਵਰਚੁਅਲ ਮੀਟਿੰਗ ਚੱਲ ਰਹੀ ਸੀਗੀ ਨਾ ਅਰਵਿੰਦ ਕੇਜਰੀਵਾਲ ਦੀ, ਆਪਾਂ ਤੇ ਛੁੱਟੀ ਤੇ ਸੀਗੇ, ਮੇਰਾ ਤੇ ਐਤਵਾਰ ਸੀ ਉਰੇ, ਤੇ ਐਤਵਾਰ ਜਦੋਂ ਇਹ ਵਰਚੁਅਲ ਮੀਟਿੰਗ ਚੱਲ ਰਹੀ ਸੀਗੀ, ਅਚਾਨਕ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਹਰ ਆ ਜਾਂਦੇ ਨੇ। ਹੁਣ ਦੇਖੋ ਸਾਡਾ ਮੀਡੀਆ, ਪਤਾ ਨੀ, ਮੈਂ ਮਾਫ਼ ਕਰਨਾ, ਮੈਂ ਤੇ ਖੁਦ ਬੜਾ ਘੱਟ ਪੜ੍ਹਿਆ ਲਿਖਿਆ ਇਨਸਾਨ ਹਾਂ, ਪਰ ਇੰਨੀ ਕੁ ਲਿਆਕਤ ਸਿੱਖੀ ਆ, ਬੜੇ ਵੱਡੇ ਵੱਡੇ ਲੋਕਾਂ ਦੇ ਨਾਲ ਇੰਟਰਵਿਊ ਕੀਤੇ ਆ, ਬੜੇ ਵੱਡੇ ਵੱਡੇ ਲੋਕਾਂ ਨੂੰ ਕ੍ਰੋਸ ਕੁਐਸਚਨਿੰਗ ਵੀ ਕੀਤੀ ਆ, ਬੇਇੱਜ਼ਤੀ ਵੀ ਕਰਵਾਈ ਆ ਬੜੇ ਵੱਡੇ ਲੀਡਰਾਂ ਤੋਂ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਭਗਵੰਤ ਮਾਨ ਵੀ ਇੱਕ ਵਾਰੀ ਪੈ ਗਿਆ ਸੀਗਾ ਕਿ, ਪਰ ਕੀ ਕਰੀਏ, ਪੱਤਰਕਾਰੀ ਪੇਸ਼ਾ ਹੈ, ਪੇਸ਼ੈਂਸ ਰੱਖਣੀ ਪੈਂਦੀ ਹੈ, ਬਹੁਤ ਧੀਰਜ ਰੱਖਣੀ ਪੈਂਦੀ ਆ। ਅੱਗੋਂ ਕੋਈ ਆਪਦਾ ਆਪ ਗਵਾ ਲਵੇ, ਪੱਤਰਕਾਰ ਦਾ ਕੰਮ ਨਹੀਂ ਹੈ ਕਿ ਪੱਤਰਕਾਰ ਆਪਣਾ ਆਪ ਗਵਾ ਲਏ। ਸੋ ਜਿਵੇਂ ਕੈਮਰੇ ਦੇ ਸਾਹਮਣੇ ਇੱਕ ਐਕਟਰ ਦੀ ਮਰਿਆਦਾ ਹੁੰਦੀ ਹੈ, ਕੈਮਰੇ ਦੇ ਸਾਹਮਣੇ ਪੱਤਰਕਾਰ ਦੀ ਵੀ ਇੱਕ ਮਰਿਆਦਾ, ਹਾਲਾਂਕਿ ਲੀਡਰਾਂ ਦੀ ਕੋਈ ਮਰਿਆਦਾ ਨਹੀਂ, ਪਰ ਅੱਜ ਕੱਲ੍ਹ ਤੁਹਾਨੂੰ ਪਤਾ ਸਾਰਾ ਕੁਛ ਇੱਕ ਹੋਇਆ। ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੈਂ ਖੁਦ ਇੱਕ ਬੀਬੀ ਜਿਹੜੀ ਕਿ ਹੋ ਸਕਦਾ ਡਿਗਰੀ ਹੋਲਡਰ ਹੋਏਗੀ ਜਰਨਲਿਜ਼ਮ ਦੇ ਵਿੱਚ, ਅਸੀਂ ਕਹਿ ਦਿੰਦੇ ਫਲਾਣਾ ਐਵੇਂ ਪੱਤਰਕਾਰੀ ਕਰਨ ਬਹਿ ਜਾਂਦਾ ਹੈ, ਉਹਦੇ ਕੋਲ ਤੇ ਡਿਗਰੀ ਨਹੀਂ ਹੈ। ਡਿਗਰੀਆਂ ਵਾਲੇ ਦੇ ਹਾਲ ਤੁਹਾਨੂੰ ਦੱਸਦਾ, ਇੱਕ ਵੱਡੇ ਚੈਨਲ ਦੀ ਪੱਤਰਕਾਰੀ। ਅੱਛਾ, ਹੁਣ ਲੀਡਰ ਨੇ ਜਵਾਬ ਨਹੀਂ ਦਿੱਤਾ ਤੁਹਾਡੇ ਕੁਐਸਚਨ ਦਾ, ਉਹ ਜਾ ਰਿਹਾ, ਕੁੰਵਰ ਵਿਜੇ ਪ੍ਰਤਾਪ ਜਾ ਰਿਹਾ। ਹੁਣ ਬੀਬੀ ਉਹ ਕੀ ਕਹਿ ਰਹੀ ਆ, ਉਹ ਕਹਿ ਰਹੀ ਆ ਕਿ ਭੱਜਦੇ ਸਵਾਲਾਂ ਤੋਂ ਭੱਜਦੇ ਜਾ ਰਹੇ ਨੇ ਕੁੰਵਰ ਵਿਜੇ ਪ੍ਰਤਾਪ, ਇਹ ਮੈਂ ਖੁਦ ਕੰਨੀ ਸੁਣਿਆ। ਭੱਜ ਯਾਰ, ਇਹ ਸ਼ਬਦ ਨਹੀਂ ਇਸਤੇਮਾਲ ਕੀਤਾ ਜਾ ਸਕਦਾ, ਪੱਤਰਕਾਰੀ ਦੀ ਭਾਸ਼ਾ ਨਹੀਂ। ਉਹ ਭੱਜ ਨਹੀਂ ਰਿਹਾ, ਉਹ ਟਲ ਰਿਹਾ, ਤੁਸੀਂ ਕਹਿ ਰਹੋ, ਕਹਿ ਸਕਦੇ ਹੋ ਕਿ ਟਲਦੇ ਨਜ਼ਰ ਆ ਰਹੇ ਨੇ ਜੀ, ਸਵਾਲਾਂ ਨੂੰ ਟਾਲਦੇ ਨਜ਼ਰ ਆ ਰਹੇ ਨੇ ਜਾਂ ਜਵਾਬ ਨਹੀਂ ਦੇਣਾ ਚਾਹੁੰਦੇ। ਭੱਜਦੇ ਦਾ ਕੀ ਮਤਲਬ ਹੈ ਬਈ? ਆ ਸਾਡੇ ਕੋਲ ਕੋਈ ਤਲਵਾਰ ਹੈ, ਕੋਈ ਸਾਡੇ ਤੋਂ ਡਰ ਰਿਹਾ? ਉਹ ਸਾਡੇ ਕੋਲ ਇੱਕ ਕਲਮ ਹੈ, ਸਾਡੇ ਕੋਲ ਇੱਕ ਮਾਇਕ ਆ, ਜੇ ਕੋਈ ਨਹੀਂ ਜਵਾਬ ਦਿੰਦਾ, ਸਾਡੇ ਕੋਈ ਰੱਸਾ ਨਹੀਂ ਹੈਗਾ ਕਿ ਅਸੀਂ ਗੱਲ ਦੇ ਵਿੱਚ ਪਾ ਲਈਏ। ਸੋ ਇੱਕ ਚੈਨਲ ਨੇ ਇਸ ਤਰ੍ਹਾਂ ਦੀਆਂ ਖਬਰਾਂ ਚਲਾਈਆਂ ਨੇ, ਉਹ ਚੈਨਲ ਬਾਦਲਾਂ ਦਾ ਹੀ ਹੈ, ਤੁਹਾਨੂੰ ਪਤਾ ਵੈਬ ਚੈਨਲ ਹੈ ਉਹਨਾਂ ਦਾ, ਇੱਕ ਮੇਨ ਸਟ੍ਰੀਮ ਦਾ ਤੇ ਇੱਕ ਵੈਬ ਚੈਨਲ ਆ, ਤੇ ਉਹਨਾਂ ਦਾ ਕੰਮ ਹੀ ਹੁੰਦਾ ਸਵੇਰੇ ਤੜਕੇ 6 ਵਜੇ ਤੋਂ ਲੱਗ ਪੈਂਦੇ ਆ ਚੀਕ ਝਾੜਾ ਪਾਉਣ, ਉਹ ਵੀ ਅਰਨਬ ਗੋਸਵਾਮੀ ਦੇ ਚੇਲੇ ਚੇਲੀਆਂ ਹੀ ਆ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ। ਤਾਂ ਇਹਨਾਂ ਨੇ ਫਿਰ ਲਿਖ ਦਿੱਤਾ, ਕਿਉਂਕਿ ਦੇਖੋ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅੱਗੇ ਵੀ ਇੱਕ ਦੋ ਪੱਤਰਕਾਰਾਂ ਦੇ ਨਾਲ ਰੇੜਕਾ ਪੈ ਗਿਆ ਸੀਗਾ। ਚਲੋ ਮੈਂ ਨੀ ਕਹਿੰਦਾ ਕਿ ਹਮੇਸ਼ਾ ਪੱਤਰਕਾਰ ਗਲਤ ਹੁੰਦੇ, ਕਈ ਵਾਰ ਲੀਡਰ ਵੀ ਗਲਤ ਹੋ ਜਾਂਦੇ ਆ, ਬਟ ਹੋਇਆ ਕੀ ਸੀਗਾ ਕਿ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਬੜੇ ਜ਼ਿਆਦਾ ਪੱਤਰਕਾਰਾਂ ਦੇ ਨਾਲ ਦੋਸਤਾਨਾ ਸੰਬੰਧ ਰੱਖਦੇ, ਉਹ ਦੂਰੀ ਬਣਾ ਗਏ ਸਨ। ਇਸ ਤੋਂ ਇਲਾਵਾ ਜਿਹੜੀ ਗੱਲ ਹੈ ਕਿ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਇੱਕ ਅਫਸਰ ਨਹੀਂ ਹੈ ਜਿਹੜੇ ਕਿ ਨੌਕਰੀ ਛੱਡ ਚੁੱਕੇ ਸੀ, ਉਹ ਇਸ ਟਾਈਮ ਵਿਧਾਨਕਾਰ ਆ, ਔਰ ਪੱਤਰਕਾਰ ਜਿੰਨੇ ਵੀ ਆ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਦੇ ਕੋਲ ਇਸ ਵੇਲੇ ਸਾਡੇ ਨਾਲੋਂ ਵਧੇਰੇ ਸ਼ਕਤੀਆਂ ਹੁੰਦੀਆਂ। ਸੋ ਇਸ ਕਰਕੇ
ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤਾਂ ਜਿਹੜਾ ਵਿਸ਼ੇਸ਼ ਮਰਿਆਦਾ ਹਨਨ ਦਾ ਮਾਮਲਾ ਹੁੰਦਾ ਉਹ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਨੇ ਵਿਧਾਨ ਸਭਾ ਨੂੰ ਉਸੇ ਸੰਦਰਭ ਚ ਦੇਖਿਆ ਕਿ ਮੈਂ MLA ਆ ਤਾਂ ਮੇਰੀ ਇੱਕ ਤਰ੍ਹਾਂ ਨਾਲ ਇਹਨਾਂ ਨੇ ਉੱਥੇ ਇਨਸਲਟ ਕੀਤੀ ਹੈ ਜਾਂ ਗਲਤ ਖਬਰ ਚਲਾਈ ਹੈ। ਸੋ ਵਿਧਾਨ ਸਭਾ ਬਈ ਤਲਬ ਕਰ ਸਕਦੀ ਹੈ ਚੈਨਲ ਨੂੰ ਵੀ ਜਾਂ ਪੱਤਰਕਾਰ ਨੂੰ।